ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਸੋਨੀ ਵੀਰ ਕੋਲ, ਪਿੰਡ ਭਿੰਡਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚੋਂ ਆਪਾਂ ਪਹਿਲਾਂ ਵੀਡੀਓ ਦਿਖਾਉਂਦੇ ਰਹਿੰਦੇ ਹਾਂ, ਅੱਜ ਫੇਰ ਪਹੁੰਚੇ ਹਾਂ ਜੀ। ਵੀਰ ਨੇ ਇੱਕ ਵੈੜ ਸੇਲ ਕਰਨੀ ਆ, ਸ਼ਾਹੀਵਾਲ ਜਰਸੀ ਕਰੋਸ ਆ ਜੀ, ਗੱਬਣ ਵੈੜ ਆ, ਬਹੁਤ ਸੋਹਣੀ ਵੈੜ ਆ, ਚੰਗੇ ਰਿਕਾਰਡ ਵਾਲੀ ਆ। ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਦੀ ਡਿਟੇਲ ਲਵਾਂਗੇ। ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ, ਨੰਬਰ ਨੋਟ ਕਰ ਲਓ 8586-00-1918। ਫੇਸਬੁੱਕ 'ਤੇ ਵੀ ਆਪਣਾ ਸੇਮ ਪੇਜ ਆ ਜੀ, ਭਿੰਡਰ ਡੇਅਰੀ ਫਾਰਮ, ਉਹਨੂੰ ਵੀ ਸਾਰੇ ਜਣੇ ਫੋਲੋ ਕਰ ਲਓ ਜੀ। ਬਿਲਕੁਲ ਠੰਡੀ ਧੀਰੀ ਵੈੜ ਦਿਖਾਉਣੀ ਆ ਆਪਾਂ, ਗੱਲਬਾਤ ਕਰਾਵਾਂਗੇ ਸੋਨੀ ਵੀਰ ਨਾਲ ਅਤੇ ਇਹਦੀ ਡਿਟੇਲ ਲਵਾਂਗੇ ਜੀ। ਬਹੁਤ ਹੀ ਸੋਹਣੀ ਵੈੜ ਆ, ਚੰਗੀ ਕੁਆਲਿਟੀ ਦੀ, ਗੱਲਬਾਤ ਕਰਾਉਂਦੇ ਹਾਂ ਵੀਰ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਵਧੀਆ ਜੀ, ਵਧੀਆ, ਠੀਕ ਠਾਕ। ਠੀਕ ਹੈ, ਮੇਰੇ ਛੋਟਿਆਂ ਨੂੰ ਅਤੇ ਵੱਡਿਆਂ ਨੂੰ, ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ ਵੀ ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਜਿੰਨੇ ਵੀ ਵੀਡੀਓ ਵੇਖਦੇ ਆ ਜੀ, ਇੱਕ ਹੀ ਵੈੜ ਸੇਲ ਕਰਨੀ? ਹਾਂਜੀ, ਇੱਕ ਹੀ ਹੈ ਜੀ। ਠੀਕ ਹੈ, ਆਪਣਾ ਐਡਰੈਸ ਦੱਸ ਦਿਓ ਵੀਰ ਜੀ। ਨਾਮ ਮੇਰਾ ਸੋਨੀ ਆ, ਪਿੰਡ ਭਿੰਡਰ, ਜ਼ਿਲ੍ਹਾ ਅੰਮ੍ਰਿਤਸਰ, ਅਤੇ ਸਿੰਧ ਬੈਂਕ ਦੇ ਲਾਗੇ ਆਪਣਾ ਘਰ ਆ। ਠੀਕ ਹੈ ਜੀ, ਫੋਨ ਨੰਬਰ ਦੱਸ ਦਿਓ ਜੀ। 98-56-47-87। ਠੀਕ ਹੈ ਜੀ, ਇਹ ਪਿੰਡ ਕਿੱਥੇ ਪੈਂਦਾ ਜੀ? ਪਿੰਡ ਰਈਆ ਆਪਣੇ ਤੋਂ 4 ਕਿਲੋਮੀਟਰ ਆ, ਅਤੇ ਖਲਚੀਆਂ ਆਪਣੇ ਲਾਗੇ ਅੱਡਾ ਪੈਂਦਾ, ਉਹ 2 ਕਿਲੋਮੀਟਰ ਆ, ਅਤੇ ਹਾਈਵੇ ਜਿਹੜਾ ਰੋਡ ਨਹੀਂ ਆ, ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਾ, 2 ਕਿਲੋਮੀਟਰ ਪਿੰਡ ਹਟਵਾਂ। ਠੀਕ ਹੈ, ਠੀਕ ਹੈ, ਅਤੇ ਬਾਕੀ ਵੈੜ ਦਿਖਾਵਾਂਗੇ ਆਪਾਂ ਤੁਹਾਨੂੰ, ਆਹੀ ਇੱਕ ਹੀ ਵੈੜ ਸੇਲ ਕਰਨੀ ਆ ਵੀਰ ਨੇ, ਅਤੇ ਬਾਕੀ ਬਹੁਤ ਹੀ ਸੋਹਣਾ ਪ੍ਰਿੰਟ ਆ, ਹੈ ਵੀ ਠੰਡੀ ਧੀਰੀ, ਥਾਣ ਬੜਾ ਸੋਹਣਾ ਲੱਗਾ ਵੈੜ ਨੂੰ, ਆਹ ਵੇਖੋ ਜੀ, ਥਾਣ ਬੜਾ ਸੋਹਣਾ, ਬਾਕੀ ਆਹ ਵੇਖ ਸਕਦੇ ਹਾਂ, ਬਿਲਕੁਲ ਠੰਡੀ ਆ, ਕੋਈ ਚੱਕਰ ਨਹੀਂ ਗਾ, ਬਿਲਕੁਲ ਠੰਡੀ ਧੀਰੀ। ਵੀਰ ਜੀ, ਸੂਆ ਕਿਨਵਾ ਇਹਦਾ? ਸੂਆ ਦੂਜਾ ਜੀ। ਠੀਕ ਆ, ਦੂਜਾ ਸੂਆ, ਠੀਕ ਆ, ਸੂਗਾ ਵਾ। ਹਾਂਜੀ, ਢਿੱਲਾ ਢਲਾ ਗਾਤੀ ਆ। ਹਾਂਜੀ, ਦਿਨ ਦਿਨ ਕਿੰਨੇ ਲੈ ਜੂ? ਦਿਨ 24 ਤਰੀਕ ਨੂੰ ਇਹਦੇ ਦਿਨ ਪੂਰੇ। ਠੀਕ ਆ ਜੀ, ਦਿਨ 4 ਕੁ ਰਹਿੰਦੇ ਆ। ਅੱਛਾ, 4 ਕੁ ਦਿਨ ਰਹਿੰਦੇ ਆ। ਹਾਂਜੀ, ਠੀਕ ਠੀਕ ਆ। ਦੁੱਧ ਕਿੰਨਾ ਚਵਾਉਂਦੀ ਰਹੀ ਜੀ? ਦੁੱਧ ਘਰ ਵਾਲੇ ਨੇ ਤੇ ਕਿਹਾ ਇਹ 16-17 ਲੀਟਰ। ਅੱਛਾ ਜੀ, ਤੇ ਆਪਾਂ ਮਤਲਬ ਆਸ ਕਰਦੇ ਆ 14 ਕੁ ਲੀਟਰ ਤੇ ਮਤਲਬ ਵੀ ਚਵਾਉਣਾ ਚਾਹੀਦਾ ਵਾ। ਠੀਕ ਠੀਕ ਆ, ਠੀਕ ਆ, ਪਹਿਲੇ ਸੂਈ ਅਗਲਾ ਕਹਿੰਦਾ ਵੀ 16-17, ਕਿਉਂਕਿ ਅਗਲੇ ਕਿ ਹੋ ਸਕਦਾ ਸੇਵਾ ਚੰਗੀ ਹੋਵੇ। ਹਾਂਜੀ ਹਾਂਜੀ ਹਾਂਜੀ, ਤੇ ਆਪਾਂ ਮਤਲਬ ਵੀ ਇਹ ਆ ਵੀ ਸੇਵਾ ਦੇ ਆ, ਦੁੱਧ ਸੇਵਾ ਦਾ ਹੁੰਦਾ। ਹਾਂਜੀ ਹਾਂਜੀ, ਜਿੰਨਾ ਪਾ ਲਓਗੇ ਓਨਾ ਹੀ। ਠੀਕ ਆ ਜੀ, ਠੀਕ ਆ, ਇਹਨੂੰ ਤੋਰ ਦਿਓ ਵੀਰ ਜੀ ਇੱਕ ਵਾਰ। ਆਹ ਵੇਖੋ ਜੀ, ਕੱਦ ਕਾਠ ਵੱਲੋਂ ਵੀ ਪੂਰੀ ਚੰਗੀ ਸੋਹਣੀ ਆ, ਆਹ ਵੇਖੋ ਫੇਸ ਕੁਆਲਿਟੀ ਬੜੀ ਸੋਹਣੀ ਆ, ਦੂਜਾ ਸੂਆ ਦੱਸ ਦਿਓ ਵੀਰ, ਬਾਕੀ ਹੈ ਬਿਲਕੁਲ ਠੰਡੀ ਧੀਰੀ ਆ ਵੈੜ, ਬਹੁਤ ਸੋਹਣੀ ਆ, ਆਹ ਵੇਖੋ ਜੀ, ਆਹ ਵੇਖੋ ਜੀ, ਜਿੱਥੇ ਮਰਜ਼ੀ ਹੀ ਨਹੀਂ, ਆਹ ਰੱਸਾ ਛੱਡ ਕੇ ਤੇ ਜਿੱਥੇ ਮਰਜ਼ੀ ਖਲੋ ਜਾਓ, ਆਹ ਵੇਖ ਇਹ ਨਹੀਂ, ਇੱਕ ਪਾਸਿਓਂ ਪੂਰੀਆਂ ਲੱਤਾਂ ਕੱਢ ਕੇ ਚੈੱਕ ਕਰ ਲਓ ਜੀ, ਬਿਲਕੁਲ ਠੰਡੀ ਧੀਰੀ ਆ, ਕੋਈ ਕੋਈ ਚੱਕਰ ਨਹੀਂ ਗਾ। ਠੀਕ ਹੈ, ਬਹੁਤ ਸੋਹਣੀ ਵੈੜ ਆ, ਬਿਲਕੁਲ ਐਂ ਵਧੀਆ ਕੁਆਲਿਟੀ ਦੀ, ਪੂਰੀ ਸੋਹਣੀ ਆ ਜੀ, ਬਾਕੀ ਕੱਦ ਕਾਠ ਵੀ ਚੰਗਾ ਵਾ, ਅਤੇ ਹਵਾਨਾ ਵੀ ਸੋਹਣਾ ਤਿਆਰ ਕਰਦੀ ਹੈ ਜੀ। ਆਹ ਵੇਖੋ ਜੀ, ਠੀਕ ਹੈ, ਅਤੇ ਦੁੱਧੋ ਦੁੱਧ ਕਿੰਨਾ ਕੁ ਚਵਾਊਗੀ ਜਦੋਂ ਸੂ ਪੀਏ? ਵੀਰ ਦੁੱਧ ਦਾ ਸੇਵਾ ਦਾ, ਹਾਂਜੀ, ਮਤਲਬ ਮਾਲਕ ਨੇ ਤਾਂ ਪਿਛਲੀ ਵਾਰ ਦਾ 16-17 ਲੀਟਰ ਕਿਹਾ ਵਾ। ਹਾਂਜੀ, ਤੇ ਆਪਾਂ ਇਹ ਕਹਿੰਦੇ ਹਾਂ ਵੀ ਸੇਵਾ ਜੇ ਪੱਧਰੀ ਹੋਵੇ 14 ਲੀਟਰ ਵੀ ਚਵਾਈ ਜਾਵੇ ਜੀ, ਕਿਉਂਕਿ ਅਗਲੇ ਦੀ ਹੋ ਸਕਦਾ ਸੇਵਾ ਚੰਗੀ ਹੋਵੇ। ਹਾਂਜੀ ਹਾਂਜੀ ਹਾਂਜੀ, ਤੇ ਆ ਵੀ 14-15 ਲੀਟਰ ਦੀ ਆਸ ਕਰਦੇ ਹਾਂ। ਠੀਕ ਆ ਜੀ, ਬਾਕੀ ਕੁਛ ਚੀਜ਼ਾਂ ਰੱਬ ਦੇ ਹੱਥ ਵੱਸ ਨੇ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜਿਹੜੇ ਸਾਨੂੰ ਢਿੱਲਾਂ ਢੁੱਲਾਵਾਂ ਹਵਾਨੇ 'ਚ ਚੈੱਕ ਕਰ ਲਓ, ਪੂਰੀਆਂ ਇੱਥੇ ਜਾਣੀਆਂ, ਅਜੇ ਵੀਰ ਕੇ ਜਾਣੀਆਂ। ਆਹ ਵੇਖੋ ਜੀ, ਠੀਕ ਹੈ ਜੀ, ਪੂਰੀ ਚੰਗੀ ਤਾਂ ਤੱਕ ਉੱਪਰ ਤੱਕ ਹਵਾਨਾ ਲੈ ਕੇ ਜਾਊਗੀ ਜਿਹੜੇ ਸਾਨੂੰ ਢਿੱਲਾਂ, ਸੋਹਣਾ ਲੱਗਾ। ਠੀਕ ਹੈ, ਤੇ ਮੁੱਲ ਕਿੰਨਾ ਕੁ ਵੀਰ ਜੀ ਇਹਦਾ?
ਮੂਲੇ ਦਾ ਕਰਦੇ ਜੀ 52,000 ਰੁਪਈਆ। ਠੀਕ ਹੈ ਜੀ, ਅਤੇ ਮੌਕੇ 'ਤੇ ਥੋੜ੍ਹੀ ਬਹੁਤ ਛੋੜ ਹੋ ਜੂਗੀ? 50,000 ਚੋਂ ਹਾਂ ਨਾ ਹੀ ਹੋਣੀ ਹੈ ਜੀ। ਅੱਛਾ, 50,000 ਚੋਂ ਮਾਣਦਾਨ ਹੋ ਜੂਗਾ। ਹਾਂ, 2,000 ਛੱਡਤਾ ਉਹ। ਠੀਕ ਹੈ ਜੀ, ਬਾਕੀ ਉਹ ਛੋੜ ਛੱਪਾ 50,000 ਚੋਂ ਹੋ ਜੂਗਾ। ਠੀਕ ਠੀਕ ਹੈ ਜੀ, ਠੀਕ ਹੈ ਵੀ ਇਹਨੂੰ ਫੋਨ ਕਰ ਲਿਓ, ਬਿਲਕੁਲ ਠੰਡੀ ਧਰੀ ਹੈ ਬੈਡ। ਅਤੇ ਇਹ ਨਹੀਂ ਹੁੰਦਾ ਵੀ ਦੁੱਧ ਕਿਲੋ ਵੱਧ ਹੋਵੇ 2 ਕਿਲੋ, ਆਹ ਜਿਹੜਾ ਆਹ ਡੰਗਰ ਦਾ ਨਾ ਇਹ ਬਹੁਤ ਵਾਧਾ ਹੁੰਦਾ ਬਿਲਕੁਲ। ਬਾਕੀ ਇਹਨਾਂ ਦੀ ਫੈਂਡ ਫੂੰਡ ਵੀ ਚੰਗੀ ਆਉਂਦੀ ਹੈ, ਇਹ ਮਤਲਬ ਵੀ 20 ਕਿਲੋ ਦੇ ਬਰਾਬਰ ਵਾਲੀ ਦੇ ਹੀ ਆ। ਹਾਂਜੀ ਹਾਂਜੀ, 20 ਲੀਟਰ ਦੇਣਾ ਹੈ ਨਾ। ਹਾਂਜੀ ਹਾਂਜੀ, ਉਹ ਇਹਦੀ 5 ਫੈਂਡ ਆਉਣੀ ਆ, ਗਾਈ ਵਾਲ ਮੰਨ ਲਓ ਉਹਦੇ ਨਾਲ ਜਰਸੀ ਨਾਲ ਕਰਾਉਸ ਆ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਆ ਕੇ ਵੀਰ ਕੋ ਚੰਗੀ ਤਰ੍ਹਾਂ ਤਸੱਲੀ ਕਰ ਲਿਓ, ਚੈੱਕ ਕਰ ਲਿਓ ਵੈਡ ਨੂੰ, ਚੈੱਕ ਕਰਕੇ ਲੈ ਕੇ ਜਾਇਓ। ਵੈਡ ਬਿਲਕੁਲ ਬਹੁਤ ਸੋਹਣੀ ਆ, ਅਤੇ ਮੁੱਲ ਵੀ ਵੀਰ ਨੇ ਜਾਇਜ਼ ਕੀਤਾ, ਫੋਨ ਜ਼ਰੂਰ ਕਰ ਲਿਓ।